नमस्कार दोस्तों स्वागत है तुम्हारा इस चैनल ऊपर आज ऐसा गल करनी ब्लैक फंगस के बारे जैसी आस म्यूकोर माइकोसिस भी आखने ने ज़ाइगो माइकोसिस भी आखने ने तो सारे गुला पहले आस जाननी लानी है कि फंगस के चीज हुंदी है दोस्तों तुम्हें बड़े वाली कार दिखया होना बेतरबी रोट्टी पे दी हुंदी है ओदे पर सैले सैले रंग दी एक परत जे ही चढ़ी आंदी है जैसी आस आखने ने बोल चढ़ी आई है इंग्लिश विच इसे आदे मोल्ड होई है यानी कि रोटी सड़ियां दी गलियां दी पानी ऊपर भी पिल्सी भजी दी हुंदी है वो भी फंगस ही हुंदी है दोस्तों ये होंदा ही है ਇਹ ਨਿੱਕੇ ਨਿੱਕੇ ਮਾਈਕਰੋ ਆਰਗਨਿਜ਼ਮ ਹੁੰਦੇ ਜਿਹੜੇ ਕਾਰਬੋਨਿਕ ਬਾਡੀਜ਼ ਹੀ ਖਾਣਿਆ ਹੱਸਾ ਉਹਦੇ ਉੱਪਰ ਅਟੈਕ ਕਰਦੇ ਤੇ ਉਸੇ ਚੀਜ਼ੇ ਖੰਦੇ ਜੰਦੇ ਖੰਦੇ ਜੰਦੇ ਆਪਣੀ ਇੱਕ ਪਰਤ ਬਣਾਈ ਲੈਂਦੇ ਉੱਪਰ ਗ੍ਰੀਨ ਕਲਰ ਦੀ ਤੇ ਉਸੇ ਚੀਜ਼ੇ ਹੀ ਬਿਲਕੁਲ ਸਾੜੀ ਓਰ ਦੇ ਗਾਲੀ ਓਰ ਦੇ ਤੇ ਸੇਮ ਚੀਜ਼ ਹੀ ਹੈ ਫੰਗਸ ਤੇ ਹੁਣ ਅਸੀਂ ਗੱਲ ਕਰਨੇ ਆ ਬਲੈਕ ਫੰਗਸ ਦੇ ਬਾਰੇ ਬਲੈਕ ਫੰਗਸ ਜਿਹੜੀ ਇੱਕ ਮਹਾਮਾਰੀ ਬਣੀ ਚੁੱਕੀ ਦੀ ਹੈ ਬਿਮਾਰੀਆਂ ਹੁੰਦੀਆਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਇੱਕ ਹੁੰਦੀ ਐਂਡੇਮਿਕ ਇੱਕ ਹੁੰਦੀ ਐਪੀਡੈਮਿਕ ਇੱਕ ਹੁੰਦੀ ਪੈਂਡੈਮਿਕ ਐਂਡੇਮਿਕ ਜੇਡੀ ਹੁੰਦੀ ਉਹ ਹੁੰਦੀ ਇੱਕ ਸਟੇਟ ਵਿੱਚ ਯਾਨੀ ਕਿ ਕੁਸੇ ਕੁਸੇ ਸੇਚ ਜੇਡੀ ਉਹ ਬਿਮਾਰੀ ਫੈਲਾਦੀ ਹੁੰਦੀ ਥੋੜੀ ਥੋੜੀ ਇੱਕ ਹੁੰਦੀ ਐਪੀਡੈਮਿਕ ਬਿਮਾਰੀ ਜਿਹੜੀ ਕਿ ਇੱਕ ਕੰਟਰੀ ਵਿੱਚ ਫੈਲੀ ਦੀ ਹੁੰਦੀ ਤੇ ਇੱਕ ਹੁੰਦੀ ਪੈਂਡੈਮਿਕ ਬਿਮਾਰੀ ਜਿਹੜੀ ਕਿ ਜਿਹਾ ਕੋਰੋਨਾ ਵਾਇਰਸ ਪੂਰੇ ਵਰਲਡ ਵਿੱਚ ਫੈਲੇਦਾ ब्लैक फंगस सरकार सक एपिडेमिक बीमारी घोषित दोस्तों ब्लैक फंगस भी एक फंगल इंफैक्शन है जो कि बी इन्फैक्शन ना ब्लैक फंगस फंगसा कुछ भी इंफैक्ट करी मोस्टली इन्फैक्ट करता है जिंदा इम्यून सिस्टम बड़ा ज्यादा वीक होता है यानी कि जो कोविड पेशेंट कुछ रिकवर हो होविड कोविड या फिर कोविड है भी है ज्यादा बीमारी उमारी इफेक्ट करा दी है या फिर कोई डायबिटीज पेशेंट है जो शुगर लेवल अनकंट्रोल्ड है ज्यादा इफेक्ट करा दी जो लोग हॉस्पिटल एडमिट एज ए पेशेंट ਉਹਦੇ ਪਰ ਵੀ ਇਹ ਜ਼ਿਆਦਾ ਇਫੈਕਟ ਕਰ ਰਹੀ ਹੈ ਕਿਉਂਕਿ ਉਹਦਾ ਇਮਿਊਨ ਸਿਸਟਮ ਕਾਫੀ ਜ਼ਿਆਦਾ ਵੀਕ ਹੋਈ ਜਾਂਦਾ ਹੁੰਦਾ ਸਟੀਰੋਇਡ ਲੈਣ ਵਾਲੇ ਪੇਸ਼ੈਂਟ ਹੀ ਇਹ ਜ਼ਿਆਦਾ ਇਫੈਕਟ ਕਰਦੀ ਹੈ ਤੇ ਦੋਸਤੋ ਤੁਹਾਨੂੰ ਪਤਾ ਚੱਲ ਗਿਆ ਹੋਣਾ ਜੰਮੂ ਜੀਐਮਸੀ ਵਿੱਚ ਬਲੈਕ ਫੰਗਸ ਦਾ ਪਹਿਲਾ ਕੇਸ ਆਇਆ ਹੈ ਤਾਂ ਪੇਸ਼ੈਂਟ ਜਿਹੜਾ 40 ਸਾਲ ਉਮਰ ਹੀ ਉਹ ਆਲਾ ਮਸਾ ਮਸਾ ਕੋਵਿਡ ਕੋਲਾ ਰਿਕਵਰ ਹੋਇਆ ਹ ਬਲੈਕ ਫੰਗਸ ਦੀ ਚਪੇੜ ਵਿੱਚ ਆਇਆ ਤਾ ਤੇ ਬੜੇ ਦੁਖਦ ਤਰੀਕੇ ਨਾਲ ਉਹਦੀ ਮੌਤ ਵੀ ਹੋਈ ਹੈ ਦੋਸਤੋ ਬਲੈਕ ਫੰਗਸ ਦੀ ਚਪੇੜ ਵਿੱਚ ਉਹ ਪੇਸ਼ੈਂਟ ਤਾਂ ਆਇਆ ਕੀ ਕਿਹਾ ਉਹਦਾ ਇਮਿਊਨ ਸਿਸਟਮ ਬੜਾ ਜ਼ਿਆਦਾ ਵੀਕ कोरोना वायरस ਦੇ ਕਰੀਏ ਤੇ ਦੋਸਤੋ ਬਲੈਕ ਫੰਗਸ ਫੈਲਦਾ ਗਿਆ ਹੈ ਇਹ ਵੀ ਮੈਂ ਤੁਸੇ ਦਸੀ ਹੋਣਾ ਇਹ ਹਵਾ ਦੇ ਜ਼ਰੀਏ ਵੀ ਫੈਲੀ ਸਕਦਾ ਇਹ ਸਕਿਨ ਉੱਪਰ ਡਵੈਲਪ ਆਪਣੇ ਆਪ ਵੀ ਹੋਈ ਸਕਦਾ ਜਦ ਤੁਸੀਂ ਝੋਟ ਲੱਗੀ ਦੀ ਹੈ ਕੋਈ ਰਗੜ ਲੱਗੀ ਦੀ ਹੈ ਕੋਈ ਤੁਸੀਂ ਕੱਟ ਲੱਗੇ ਦਾ ਕੋਈ ਘਾਵਾ ਆਇਆ ਦਾ ਤੁਸੀਂ ਕੋਈ ਜ਼ਖਮ ਹੋਏ ਦਾ ਉਹਦੇ ਪਰ ਵੀ ਇਹ ਤੁਸੀਂ ਜਲਦੀ ਇਫੈਕਟ ਕਰਦਾ ਕੀ ਹੈ ਉਹ ਇੱਕ ਜ਼ਰੀਆ ਬਣ ਜਾਂਦਾ ਇਹਦੇ ਆਸਤਾ ਇਨਸਾਨ ਦੀ ਬੋਡੀ ਵਿੱਚ ਐਂਟਰ ਕਰਨੇ ਆਸਤਾ ਤੇ ਇਹਦੇ ਲੱਛਣ ਕੀ ਕੀ ਹੁੰਦੇ ਉਹ ਵੀ ਮੈਂ ਤੁਸੇ ਦਸੀ ਹੋਣਾ ਮੂੰਹ ਦੀ ਜਿਹੜੀ ਐ ਡੀ ਹੁੰਦੀ ਹੈ ਇਹ ਵਾਲੀ ਡੀ ਇਧਰ ਦਰਦ ਹੋਣਾ ਸਟਾਰਟ ਹੋ ਜਾਂਦੀ ਹੈ ਅੱਖੀਆਂ ਜਿਹੜੀਆਂ ਉਹ ਲਾਲ ਹੋਣਾ ਸ਼ੁਰੂ ਹੋਈ ਜਾਂਦੀਆਂ ਅੱਖੀਆਂ ਜਿਹੜੀਆਂ ਉਹ ਸੋਜੀ ਜਾਂਦੀਆਂ ਅੱਖੀਆਂ ਕੋਲ ਨੱਕੇ ਕੋਲ ਜਿਹੜਾ ਉਹ ਦਾਗ ਪੋਣਾ ਸ਼ੁਰੂ ਹੋਈ ਜਾਂਦੇ ਗ੍ਰੇ ਕਲਰ ਦੇ ਤੇ ਕਾਲੇ ਰੰਗ ਦੇ ਥੱਪੇ ਥੱਪੇ ਪੋਣਾ ਸ਼ੁਰੂ ਹੋਈ ਜਾਂਦੇ ਬਾਰ ਬਾਰ ਬੁਖਾਰ ਆਣਾ ਸ਼ੁਰੂ ਹੋਈ ਜਾਂਦਾ ਸਿਰੇੇ ਪੀੜ ਬੜੀ ਜ਼ਿਆਦਾ ਹੋਣ ਲੱਈ ਪਉਂਦੀ ਤੇ ਬਲੈਕ ਫੰਗਸ ਜਿਹੜਾ ਹੈ ਇਹ ਫੈਲਦੇ ਫੈਲਦੇ ਸਾਰਾ ਇਹ ਜਿਹੜਾ ਅੱਖੀਆਂ ਵੀ ਇਹ ਗਾਲੀ ਓੜਦਾ ਇਹ ਦਿਮਾਗ ਤੋਂੜੀ ਪੂਜੀ ਜਾਂਦਾ ਦਿਮਾਗ ਵੀ ਗਾਲੀ ਓੜਦਾ ਇਹ ਤੇ ਦੋਸਤੋ ਇਹਦੇ ਕੋਲ ਬਚਿਆ ਨਹੀਂ ਜਾ ਸਕਦਾ ਤੂਲ ਮਿੱਟੀ ਕੋਲ ਦੂਰੋ ਅਗਰ ਤੂਲ ਮਿੱਟੀ ਵੇ ਜਾਣਾ ਵੀ ਹੈ ਅਗਰ ਬੜੀ ਜ਼ਿਆ ਅੱਖਾਂ ਕਵਰ ਕਰ ਲਾਓ ਗਲਵਜ਼ ਪਾਈ ਲਾਓ ਸ਼ੂਜ਼ ਪਾਈਏ ਜਾਓ ਪੋਸ਼ਿਸ਼ ਕਰੋ ਆਪਣੀ ਅੱਖਾਂ ਬਚਾਓ ਚਸ਼ਮਾ ਲਾਈ ਲਓ ਡਾਇਬੀਟਿਸ ਦੇ ਜਿਹੜੇ ਪੇਸ਼ੈਂਟ ਨੂੰ ਆਪਣਾ ਸ਼ੂਗਰ ਲੈਵਲ ਜਿਹੜਾ ਕੰਟਰੋਲ ਰੱਖਣ ਕੋਈ ਵੀ ਆਪਣੀ ਮਰਜ਼ੀ ਕਰਨਾ ਜਿਹੜਾ ਐਂਟੀਬਾਇਓਟਿਕ ਜਾਂ ਕੋਈ ਸਟੀਰੋਇਡ ਲੈਣੇ ਦੀ ਕੋਈ ਜ਼ਰੂਰਤ ਨਹੀਂ ਹੈ ਬਿਲਕੁਲ ਨਹੀਂ ਲਾਓ ਬਿਲਕੁਲ ਐਵੋਇਡ ਕਰੋ ਅਗਰ ਕੋਈ ਡਾਕਟਰ ਰੀਕਮੈਂਡ ਕਰਦਾ ਹੈ ਤਾਂ ਹੀ ਉਹ ਦਵਾਈ ਖਾਓ ਅਦਰਵਾਈਜ਼ ਬਿਲਕੁਲ ਕੋਈ ਦਵਾਈ ਨਾ ਖਾਓ ਅਗਰ ਕੋਈ ਤੁਸੇ ਹੀ ਐਸਾ ਲੱਛਣ ਲੱਭਦਾ ਹੈ ਤੁਸੀਂ ਬਲੈਕ ਫੰਗਸ ਦਾ ਸ਼ੱਕ ਪਉਂਦਾ ਹੈ ਤਾਂ ਡਾਕਟਰ 'ਗੀ ਦੱਸੋ ਉਹ ਜਿਹੜੀ ਦਵਾਈ ਰੀਕਮੈਂਡ ਕਰੋ ਤਾਂ ਉਹ ਆਪਣੀ ਮਰਜ਼ੀ ਕਰਨਾ ਕੋਈ ਵੀ ਐਂਟੀਬਾਇਓਟਿਕ ਐਂਟੀ ਫੰਗਲ ਮੈਡੀਸਨ ਖਾਣੇ ਦੀ ਕੋਈ ਜ਼ਰੂਰਤ ਨਹੀਂ ਹੈ ਬਿਲਕੁਲ ਵੀ ਡਾਕਟਰ ਰਿਕਮੈਂਡ ਕਰਦਾ ਤਾਂ ਇਹ ਖਾਓ ਜਿਹੜੇ ਪੇਸ਼ੈਂਟ ਕੋਵਿਡ ਕੋਲਾ ਰਿਕਵਰ ਹੋਈ ਚੁੱਕੇ ਦੇ ਨੂੰ ਆਪਣਾ ਬਲੱਡ ਗਲੂਕੋਸ ਲੈਵਲ ਹਮੇਸ਼ਾ ਚੈੱਕ ਕਰਦੇ ਰਹੋ ਤੇ ਦੋਸਤੋ ਗੱਲ ਕਰਨੇ ਆ ਫੰਗਲ ਇਨਫੈਕਸ਼ਨ ਦਾ ਇਲਾਜ ਕੀ ਹੈ ਆਕਸੀਜਨ ਥੈਰੇਪੀ ਦੇਣਾ ਪਉਂਦੀ ਇਹਦੇ ਵਾਸਤੇ ਐਂਟੀ ਫੰਗਲ ਦਵਾਈਆਂ ਹੁੰਦੀਆਂ ਤੇ ਕੰਡੀਸ਼ਨ ਬੜੀ ਜ਼ਿਆਦਾ ਖਰਾਬ ਹੋਈ ਇਹਦੀ ਹੋਇਆ ਤਾਂ ਸਰਜਰੀ ਵੀ ਕਰਨਾ ਪਉਂਦੀ ਬੜੀ ਵਾਰ ਇਹਦੇ ਵਾਸਤੇ ਲੇਕਿਨ ਸਰਜਰੀ ਕੋਲਾ ਪਹਿਲੇ ਐਂਟੀ ਫੰਗਲ ਥੈਰੇਪੀ ਦਿੰਦੇ ਜਿਹੜੇ ਡਾਕਟਰ ਉਹ ਚਾਰ ਕੁਲਾ ਛੇ ਹਫ਼ਤੇ ਤੋ ਉਹਦੇ ਵਾਸਤੇ ਟਾਈਮ ਲੱਗ ਜਾਂਦਾ। ਉਹਦੇ ਬਾਅਦ ਅਗਰ ਜ਼ਰੂਰਤ ਹੋਏ ਤਾਂ ਸਰਜਰੀ ਕਰਦੇ ਆਦਰਵਾਇਸ ਸਰਜਰੀ ਨਹੀਂ ਕਰਦੇ। ਇਹਦੇ ਅਸਰ ਜਿਹੜਾ ਇੰਜੈਕਸ਼ਨ ਆ ਉਹਦਾ ਨਾ ਹੈ ਐਮਫੋਟੈਰਿਸਿਨ ਬੀ। ਮੇਨ ਚੀਜ਼ ਇਹ ਹੈ ਇਹ ਇੰਜੈਕਸ਼ਨ ਜਿਹੜਾ ਹੈ ਉਹ ਤਿੰਨ ਕੁਲਾ ਚਾਰ ਹਫ਼ਤੇ ਤੋਰੀ ਕੰਟੀਨਿਊਸਲੀ ਦੇਣਾ ਪਉਂਦਾ ਪੇਸ਼ੈਂਟ ਨੂੰ। ਸਰਕਾਰ ਜਿਹੜੀ ਹੈ ਉਹ ਆਖਦੀ ਹੈ ਅਸ ਇਸ ਬਿਮਾਰੀ ਨਾਲ ਲੜਨੇ ਬਿਲਕੁਲ ਤਿਆਰ ਆ ਤੇ ਜ਼ਰੂਰਤ ਪਈ ਅਗਰ ਤਾਂ ਅਸ ਵਿਦੇਸ਼ੀਓਂ ਕੁਲਾ ਵੀ ਦਵਾਈ ਮੰਗਵਾਈ ਲਗੇ। ਤੇ ਸੋਚਣੀ ਵਾਲੀ ਗੱਲ ਹੈ ਅਗਰ ਸਰਕਾਰ ਆਖਦੀ ਹੈ ਵਿਦੇਸ਼ੀਓਂ ਕੁਲਾ ਦਵਾਈ ਮੰਗਵਾਈ ਲਗੇ ਇਹਦਾ ਮਤਲਬ ਕੀ ਹੋ ਸਰਕਾਰ ਬ ਕੀ ਗਾ ਉਹ ਨੇ ਇਸ ਦਵਾਈ ਦੀ ਬਲੈਕ ਮਾਰਕੀਟਿੰਗ ਸ਼ੁਰੂ ਹੋਈ ਇਹਦੀ ਹੈ ਜਿਹਾਂ ਤੇਲਗਾਨਾ 오ਡੀਸਾ ਰਾਜਸਥਾਨ ਸਟੇਟਸ ਨੇ ਇਹਦੇ ਚ ਬਲੈਕ ਮਾਰਕੀਟਿੰਗ ਹੋ ਗਈ ਇਹ ਦਵਾਈ ਦੀ ਤੇ ਆਣੇ ਵਾਲੇ ਟਾਈਮ ਵਿੱਚ ਅਗਰ ਇਧਰ ਵੀ ਇਹ ਮਹਾਮਾਰੀ ਜ਼ਿਆਦਾ ਫੈਲੀ ਹੈ ਤਾਂ ਇਧਰ ਵੀ ਬਲੈਕ ਮਾਰਕੀਟਿੰਗ ਦਾ ਕੋਈ ਵੱਡੀ ਗੱਲ ਨਹੀਂ ਆ ਹੁਣ ਤੇ ਇਸੇ ਲਈ ਸਾਡੀ ਗਵਰਨਮੈਂਟ ਜਿਹੜੀ ਹੈ ਐ ਥੋੜੀ ਉਹ ਕੋਵਿਡ ਕਰਨਾ ਠੀਕ ਤਰੀਕੇ ਨਾਲ ਲੜੀ ਨਹੀਂ ਪਾਦੀ ਹੈ ਤੇ ਉਹਨੇ ਇਸ ਬਿਮਾਰੀ ਕਰਨਾ ਘੁਤਾਲਣਾ ਤੇ ਦੋਸਤੋ ਤੁਸੀਂ ਮੈਂ ਸੁਣਾਈ ਉਹਦਾ ਇਹ ਤੇ ਬਲੈਕ ਫੰਗਸ ਦੀ ਗੱਲ ਹੀ ਵਾਈਟ ਫੰਗਸ ਵੀ ਇੱਕ ਹੋਰ ਬਿਮਾਰੀ ਆਈ ਇਹਦੀ ਹੈ ਜੇ ਕਿ ਸੇਮ ਟੂ ਸੇਮ ਇਹ ਜ फर्क है सिर्फ ब्लैक फंगस, वाइट फंगस वो भी मैं तो से व्इट फंगसम तुम होना जो ब्लैक फंगस है वो इंसान की अखियों पर दिमाग पर अटैक करती है लेकिन जी वाइट फंगस है वो इंटरनल ऑर्गन पर अटैक करती है व्इट फंगस जी है सेम यो यी बीमारी है लेकिन उन्हें अटैक करना तुम्हें किडनी पर लीवर पर लंग्स पर प्राइवेट पार्टस पर इस गाला अपना ध्यान आप रखो ब्लैक फंगस व्ट फंगस के बारे में भी तुम अवेयर रो अपने आप ही बचाइए रखो ग्लब्स पाइए रखो शूज पाइए रखो ਕੋਸ਼ਿਸ਼ ਕਰੋ ਚਸ਼ਮਾ ਵੀ ਪਾਈਏ ਰੱਖੋ ਮਾਸਕ ਦੇ ਪਾਣਾ ਹੀ ਪਾਣਾ ਹੈ ਸਰੀਰ ਹੀ ਬਿਲਕੁਲ ਵੀ ਗੰਦਾ ਨਹੀਂ ਹੋਣ ਦਿਓ ਅਗਰ ਤੁੰਦੇ ਸਰੀਰ ਪਰ ਥੋੜੀ ਜਿਹੀ ਵੀ ਧੂਲ ਮਿੱਟੀ ਲੱਗੀ ਦੀਆ ਤਾਂ ਉਸੇ ਸਾਬਣ ਨਾਲ ਸਾਫ ਕਰੋ ਜੈ ਡੁਗਰ ਜੈ ਮਾ ਡੁਗਰ